ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਅੰਦਰ ਅਸੀਂ ਗੱਲ ਕਰਾਂਗੇ ਇੱਕ ਮਸਾਲੇ ਬਾਰੇ। ਕੀ ਤੁਸੀਂ ਜਾਣਦੇ ਹੋ ਤੁਹਾਡੀ ਰਸੋਈ ਵਿੱਚ ਪਿਆ ਇੱਕ ਸਿੰਪਲ ਜਿਹਾ ਮਸਾਲਾ ਜੋ ਕਿ ਤੁਸੀਂ ਰੋਜ਼ਾਨਾ ਇਸਤੇਮਾਲ ਵੀ ਕਰਦੇ ਹੋ, ਤੁਹਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ? ਜਾਣਦੇ ਹਾਂ ਕਿ ਕਿਹੜਾ ਮਸਾਲਾ ਹੈ, ਕਿਵੇਂ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ, ਸਾਡਾ ਬਲੱਡ ਪ੍ਰੈਸ਼ਰ ਕਿਵੇਂ ਕੰਟਰੋਲ ਵਿੱਚ ਰਹਿੰਦਾ ਹੈ ਇਸ ਨੂੰ ਲੈਣ ਨਾਲ। ਹਾਈ ਬਲੱਡ ਪ੍ਰੈਸ਼ਰ ਲੱਖਾਂ ਲੋਕਾਂ ਦੀ ਸਮੱਸਿਆ ਹੈ। ਹਰ ਸਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਵੱਧਦੇ ਹੀ ਜਾ ਰਹੇ ਹਨ। ਤੁਸੀਂ ਆਪਣੀ ਡੇਲੀ ਰੂਟੀਨ ਦੇ ਅੰਦਰ ਕੁਝ ਹੋਮ ਰੈਮਡੀਜ਼ ਨੂੰ ਸ਼ਾਮਿਲ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਉੱਦਾਂ ਤਾਂ ਬਹੁਤ ਸਾਰੀਆਂ ਰੈਮਡੀਜ਼ ਹਨ ਜੋ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਦਵਾ ਸਕਦੀਆਂ ਹਨ, ਪਰ ਅੱਜ ਅਸੀਂ ਜਿਸ ਦੀ ਗੱਲ ਕਰਾਂਗੇ ਇਹ ਸਾਡੀ ਰਸੋਈ ਵਿੱਚ ਸਾਨੂੰ ਬੜੀ ਆਸਾਨੀ ਨਾਲ ਮਿਲ ਜਾਵੇਗਾ। ਇਹ ਮਸਾਲਾ ਸਾਡੀ ਹਾਰਟ ਹੈਲਥ ਲਈ ਵੀ ਬੇਹੱਦ ਹੀ ਫਾਇਦੇਮੰਦ ਅਤੇ ਗੁਣਕਾਰੀ ਹੈ। ਹਾਈ ਬਲੱਡ ਪ੍ਰੈਸ਼ਰ ਸਾਡੇ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਾਰਟ ਅਟੈਕ, ਕਿਡਨੀ ਸਟੋਨ, ਕਿਡਨੀ ਡੈਮੇਜ, ਸਟ੍ਰੋਕ, ਅੱਖਾਂ ਦੀ ਰੋਸ਼ਨੀ ਦਾ ਘੱਟ ਹੋ ਜਾਣਾ, ਇਹ ਸਾਰੀਆਂ ਪ੍ਰੋਬਲਮਸ ਸਾਨੂੰ ਹਾਈ ਬਲੱਡ ਪ੍ਰੈਸ਼ਰ ਹੋਣ ਕਾਰਨ ਆ ਸਕਦੀਆਂ ਹਨ। ਹਾਈ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਸ਼ੁਰੂ ਵਿੱਚ ਇਸ ਦੇ ਲੱਛਣ ਨਾ ਦੇ ਬਰਾਬਰ ਹੀ ਹੁੰਦੇ ਹਨ, ਇਸ ਕਾਰਨ ਇਸ ਦਾ ਪਤਾ ਲਗਾਉਣਾ ਅਤੇ ਸਮੇਂ ਸਿਰ ਇਸ ਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਡਾਕਟਰ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ, ਦਵਾਈ ਲੈਣੀ ਜ਼ਰੂਰੀ ਵੀ ਹੋ ਜਾਂਦੀ ਹੈ। ਕਈ ਵਾਰ ਇਹਨਾਂ ਦਵਾਈਆਂ ਦੇ ਬਹੁਤ ਸਾਰੇ ਸਾਈਡ ਇਫੈਕਟ ਸਾਨੂੰ ਦੇਖਣ ਨੂੰ ਮਿਲਦੇ ਨੇ, ਇਸ ਲਈ ਨੈਚੁਰਲ ਚੀਜ਼ਾਂ ਦਾ ਇਸਤੇਮਾਲ ਅੱਜ ਕੱਲ੍ਹ ਜ਼ਿਆਦਾ ਵੱਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅਸੀਂ ਅੱਜ ਗੱਲ ਕਰਾਂਗੇ ਇੱਕ ਨੈਚੁਰਲ ਰੈਮੇਡੀ ਦੀ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਨੈਚੁਰਲੀ ਤੁਹਾਡੀ ਮਦਦ ਕਰੇਗੀ। ਇਹ ਮਸਾਲਾ ਜੋ ਤੁਹਾਡੀ ਰਸੋਈ ਵਿੱਚ ਮੌਜੂਦ ਰਹਿੰਦਾ ਹੈ ਉਸ ਦਾ ਨਾਮ ਹੈ ਛੋਟੀ ਇਲਾਇਚੀ। ਜੀ ਹਾਂ, ਛੋਟੀ ਇਲਾਇਚੀ। ਛੋਟੀ ਇਲਾਇਚੀ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਸਾਡੇ ਸਰੀਰ ਨੂੰ ਆਕਸੀਡੇਟਿਵ ਸਟ੍ਰੈਸ ਤੋਂ ਬਚਾਉਂਦੇ ਨੇ ਜੋ ਕਿ ਹਾਈ ਬਲੱਡ ਪ੍ਰੈਸ਼ਰ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਬਲੱਡ ਬਲੈਸਲ ਦੀ ਪਲਾਸਿਸਿਟੀ ਨੂੰ ਇੰਪਰੂਵ ਕਰਦੇ ਨੇ ਤੇ ਇਸ ਦੇ ਨਾਲ ਹੀ ਇਸ ਦੇ ਲਚੀਲੇਪਨ ਨੂੰ ਵਧਾਉਂਦੇ ਹਨ, ਇਸ ਕਾਰਨ ਬਲੱਡ ਬਿਹਤਰ ਤਰੀਕੇ ਨਾਲ ਫਲੋ ਕਰ ਪਾਉਂਦਾ ਹੈ ਤੇ ਬਲੱਡ ਪ੍ਰੈਸ਼ਰ ਨੈਚੁਰਲੀ ਘੱਟ ਹੋਣ ਲੱਗਦਾ ਹੈ। ਗ੍ਰੀਨ ਕਾਰਡੇਮਨ ਜਾਣੀ ਕਿ ਛੋਟੀ ਇਲਾਇਚੀ ਦੇ ਅੰਦਰ ਐਂਟੀ ਇਨਫਲਾਮੇਟਰੀ ਪ੍ਰੋਪਰਟੀਜ਼ ਵੀ ਹੁੰਦੀਆਂ ਹਨ, ਉਹ ਕਿ ਸਰੀਰ ਵਿੱਚ ਸੋਜ ਨੂੰ ਘੱਟ ਕਰਦੀ ਹੈ, ਇਸ ਕਾਰਨ ਵੀ ਇਹ ਬਲੱਡ ਪ੍ਰੈਸ਼ਰ ਉੱਪਰ ਪੋਜ਼ਿਟਿਵ ਇਫੈਕਟ ਪਾਉਂਦੀ ਹੈ, ਇਸ ਨੂੰ ਕੰਟਰੋਲ ਵਿੱਚ ਰੱਖਦੀ ਹੈ। ਇਹ ਮਸਾਲਾ ਸਾਡੀਆਂ ਬਲੱਡ ਵੈਸਲ ਜਾਣੀ ਕਿ ਖੂਨ ਦੀਆਂ ਨਸਾਂ ਨੂੰ ਰਿਲੈਕਸ ਕਰ ਦਿੰਦਾ ਹੈ ਤਾਂ ਜੋ ਬਲੱਡ ਆਸਾਨੀ ਨਾਲ ਫਲੋ ਕਰ ਸਕੇ। ਜੋ ਲੋਕ ਰੋਜ਼ਾਨਾ ਛੋਟੀ ਇਲਾਇਚੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਯਾਨੀ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਛੋਟੀ ਇਲਾਇਚੀ ਦੇ ਅੰਦਰ ਐਂਟੀ ਆਕਸੀਡੈਂਟ ਪ੍ਰੋਪਰਟੀਜ਼ ਹੁੰਦੀਆਂ ਹਨ, ਇਹ ਸਾਨੂੰ ਹਾਰਮਫੁਲ ਰੈਡੀਕਲਸ ਤੋਂ ਬਚਾਉਂਦੀ ਹੈ। ਉਹ ਰੈਡੀਕਲਸ ਹੁੰਦੀਆਂ ਹਨ ਜੋ ਸਾਡੀ ਸਕਿਨ ਨੂੰ ਡੈਮੇਜ ਕਰ ਸਕਦੀਆਂ ਹਨ, ਹਾਈ ਬਲੱਡ ਪ੍ਰੈਸ਼ਰ ਨੂੰ ਪੁਆਇੰਟ ਆਊਟ ਕਰ ਸਕਦੀਆਂ ਹਨ। ਛੋਟੀ ਇਲਾਇਚੀ ਨੂੰ ਖਾਣ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ ਜਿਸ ਕਾਰਨ ਬੋਡੀ ਦੇ ਅੰਦਰ ਵੈਟਰ ਰਿਟੈਂਸ਼ਨ ਨਹੀਂ ਹੁੰਦੀ, ਬੀਪੀ ਆਪਣੇ ਆਪ ਹੀ ਘੱਟ ਰਹਿੰਦਾ ਹੈ। ਇਸ ਦੇ ਅੰਦਰ ਐਂਟੀ ਇਨਫਲਾਮੇਟਰੀ ਪ੍ਰੋਪਰਟੀਜ਼ ਵੀ ਹੁੰਦੀਆਂ ਹਨ। ਇਨਫਲਾਮੇਸ਼ਨ ਸਾਡੀ ਬੋਡੀ ਦੇ ਜੋ ਬਲੱਡ ਵੈਸਲ ਹੁੰਦੇ ਹਨ ਉਹਨਾਂ ਦੇ ਅੰਦਰ ਪ੍ਰੋਪਰ ਫੰਕਸ਼ਨਿੰਗ ਨੂੰ ਨਹੀਂ ਹੋਣ ਦਿੰਦੀ, ਇਸ ਕਾਰਨ ਸਾਡੀਆਂ ਨਸਾਂ ਜ਼ਿਆਦਾ ਮੋਟੀਆਂ ਹੋ ਜਾਂਦੀਆਂ ਹਨ ਤੇ ਸਖਤ ਹੋਣ ਲੱਗਦੀਆਂ ਹਨ, ਸਾਡਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ। ਛੋਟੀ ਇਲਾਇਚੀ ਇਨਫਲਾਮੇਸ਼ਨ ਨੂੰ ਰਿਡਿਊਸ ਕਰਕੇ ਸਾਡੇ ਬਲੱਡ ਫਲੋ ਨੂੰ ਇੰਪਰੂਵ ਕਰਦੀ ਹੈ, ਇਸ ਤਰ੍ਹਾਂ ਕਰਕੇ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਮੇਨਟੇਨ ਰੱਖਦੀ ਹੈ, ਇਹ ਸਾਡੀ ਬੋਡੀ ਦੇ ਅੰਦਰ ਬਲੱਡ ਦੇ ਫਲੋ ਨੂੰ ਆਸਾਨ ਬਣਾਉਂਦੀ ਹੈ ਜਿਸ ਕਾਰਨ ਬੀਪੀ ਘੱਟ ਰਹਿੰਦਾ ਹੈ।
ਛੋਟੇ ਜਿਹੇ ਮਸਾਲੇ ਦੇ ਇੰਨੇ ਫਾਇਦੇ ਹਨ ਤੁਹਾਡੀ ਬੀਪੀ ਦੀ ਹੈਲਥ ਲਈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੀਪੀ ਕੰਟਰੋਲ ਵਿੱਚ ਰਹੇ ਤਾਂ ਤੁਸੀਂ ਇਸ ਦੇ ਫਾਇਦੇ ਜਾਣ ਚੁੱਕੇ ਹੋ। ਹੁਣ ਗੱਲ ਕਰ ਲੈਂਦੇ ਹਾਂ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਫਾਇਦੇ ਮਿਲ ਸਕਣ ਛੋਟੀ ਇਲਾਇਚੀ ਦੇ। ਸਭ ਤੋਂ ਪਹਿਲਾ ਤਰੀਕਾ ਹੈ, ਬਾਜ਼ਾਰਾਂ ਦੇ ਅੰਦਰ ਛੋਟੀ ਇਲਾਇਚੀ ਦਾ ਪਾਊਡਰ ਮਿਲਦਾ ਹੈ, ਤੁਸੀਂ ਉਹ ਲਿਆ ਕੇ ਨਾ ਇੱਕ ਜਾਂ ਅੱਧਾ ਚਮਚ ਗਰਮ ਪਾਣੀ ਨਾਲ ਇਸ ਦੇ ਪਾਊਡਰ ਨੂੰ ਖਾ ਸਕਦੇ ਹੋ। ਤੁਸੀਂ ਰੋਜ਼ਾਨਾ 2 ਗ੍ਰਾਮ ਤੱਕ ਪਾਊਡਰ ਲੈ ਸਕਦੇ ਹੋ ਛੋਟੀ ਇਲਾਇਚੀ ਦਾ। ਤੁਸੀਂ ਛੋਟੀ ਇਲਾਇਚੀ ਨੂੰ ਖਾਣੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ, ਖਾਣੇ ਦੇ ਮਸਾਲਿਆਂ ਦੇ ਰੂਪ ਵਿੱਚ ਇਸ ਨੂੰ ਪਾ ਕੇ ਤੁਸੀਂ ਖਾ ਸਕਦੇ ਹੋ। ਉਸ ਤੋਂ ਬਾਅਦ ਇੱਕ ਸਿੰਪਲ ਜਿਹਾ ਤਰੀਕਾ ਹੈ, ਤੁਸੀਂ ਇਸ ਦੀ ਚਾਹ ਬਣਾ ਸਕਦੇ ਹੋ, ਤੁਹਾਡੀ ਚਾਹ ਦਾ ਸਵਾਦ ਵੀ ਦੁੱਗਣਾ ਹੋ ਜਾਵੇਗਾ, ਤੁਹਾਨੂੰ ਇਸ ਦੇ ਫਾਇਦੇ ਵੀ ਮਿਲ ਜਾਣਗੇ। ਇਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਜੇਕਰ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ। ਇਹ ਸੀ ਬੀਪੀ ਨੂੰ ਕੰਟਰੋਲ ਕਰਨ ਬਾਰੇ ਕੁਝ ਜਾਣਕਾਰੀ। ਉਮੀਦ ਕਰਦੀ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ, ਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ, ਤੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ।